टीवी 16 टोरंटो देख रहे सारे दर्शकों नूं मेरे वालों यानी कि कैसपाल वालों सत श्री अकाल जी। मैं हाजिर हाँ जी तुहाडी कचहरी च प्रोग्राम लैके खुला सदा। अज आपां फिर कल्लू घरे हफ्ते नूं मनाउंदिआं होइआं प्रोग्राम नूं समर्पित करांगे उहनां शहीदां नूं जिन्हां ने साडी कौम दी खातर साडे खातर अपणीआं जानां जिहड़ीआं ओह दे दित्तीआं। ते सब तो पहला आपां शहीदां दे सरताज श्री गुरु अर्जन देव साहब दे शहीदी गुरपुरब नूं समर्पित इस प्रोग्राम दे दौरान गलबात जिहड़ी आ ओह वी करांगे। सो सिजदा करदे आ जी उहनां दी शहीदी नूं, शहीदां दे सरताज तत्ती तवी ते बैठ के जिहड़ा है ओह अपनी शहीदी उहनां ने दित्ती। ਇਹ ਵੀ ਇੱਕ ਸ਼ਹੀਦੀ ਦੁਨੀਆ ਦੇ ਵਿੱਚ ਬਿਲਕੁਲ ਅਲੱਗ ਤਰ੍ਹਾਂ ਦੀ ਹੈ। ਦੁਨੀਆ ਦੇ ਵਿੱਚ ਬਹੁਤ ਲੋਕ ਸ਼ਹੀਦ ਹੋਏ ਨੇ, ਲੇਕਿਨ ਸਿੱਖ ਕੌਮ ਦੇ ਵਿੱਚ ਜਿਹੜੀ ਸ਼ਹੀਦੀ ਆ ਉਹਦੇ ਮਤਲਬ ਕੁਛ ਹੋਰ ਨੇ, ਉਹਦੀ ਉਹਨੂੰ ਕੁਛ ਹੋਰ ਤਰੀਕੇ ਨਾਲ ਦੇਖਿਆ ਜਾਂਦਾ ਹੈਗਾ। ਸੋ ਮੈਂ 2 ਸਤਰਾਂ ਤੁਹਾਡੇ ਨਾਲ ਪਹਿਲਾਂ ਸਾਂਝੀਆਂ ਕਰ ਲਾਂ ਅਤੇ ਫਿਰ ਆਪਾਂ ਪ੍ਰੋਗਰਾਮ ਨੂੰ ਅੱਗੇ ਜਿਹੜਾ ਹੈ ਉਹ ਤੋਰਦੇ ਹੈਗੇ ਹਾਂ। प्रोग्राम के दौरान कोई गलबात करनी चाहते हो तो 905-872-5569 से टीवी स्क्रीन पर आ रहे नंबर पर गलबात जी साढ़े नाल की जा सकती हैगी। सो आप राज काकड़े होना दी लिखिया 17 के नाल प्रोग्राम की जी है वह शुरुआत करते हैं। जदों कदे हालात बंदे नूं परखण लगते ने, जिउंदी होवे अणख ते डौले फरकण लगते ने, सच दे भांबड़ बाल हौसले झौंके जाते ने, फिर जुल्म दी धौण च किले ठोके जांदे ने, फिर जुल्म दी धौण च किले ठोके जांदे ने। सो जुल्म करन वालियां ने कोई कसर नहीं छड्डी। 2 ते 3 जून की जिहड़ी रात है जां 3 जून है जां आपां 1 जून तो ही लगा लईए कि जो भारतीय सरकार ने सिखां दे उस अस्थान दे उत्ते जिद्दां दे नाल उहनां ने तैयारी करके आए सी ਅਤੇ ਜਿੱਦਾਂ ਨੇ ਉਹਨਾਂ ਨੇ ਆਧੁਨਿਕ ਹਥਿਆਰਾਂ ਦੇ ਨਾਲ ਉੱਥੇ ਲੈਸ ਫੌਜੀ ਅਮਲੇ ਨੂੰ ਤੈਨਾਤ ਕੀਤਾ ਗਿਆ, ਉੱਥੋਂ ਇੱਕ ਗੱਲ ਤਾਂ ਬੜੀ ਜ਼ਾਹਿਰ ਹੈਗੀ ਆ ਕਿ ਜੇ ਇਹ ਇੱਕ ਗੱਲ ਸਮਝਦੇ ਨੇ ਕਿ ਉੱਥੇ ਕੁਛ ਕੁ ਸਿੱਖ, ਕੁਛ ਕੁ ਜਿਹੜੇ ਉਹ ਸਿੱਖ ਜਿਹੜੇ ਜਾਨਾਂ ਮਾਰਨ ਵਾਸਤੇ ਤਿਆਰ ਬੈਠੇ ਸਨ, ਉਹ ਉਹਨਾਂ ਦੀ ਗਿਣਤੀ ਬਹੁਤ ਘੱਟ ਸੀ। ਇਸ ਦੇ ਬਾਵਜੂਦ ਭਾਰਤੀ ਫੌਜ ਜਿਹੜੀ ਆ ਐਡੇ ਲਸ਼ਕਰ ਲਾਮ ਦੇ ਨਾਲ ਉੱਥੇ ਪਹੁੰਚਦੀ ਆ, ਉਹ ਹੀ ਨਹੀਂ ਦਸਤੇਵੇਜ਼ ਦੱਸਦੇ ਨੇ ਕਿ ਜਿੱਥੇ ਸਰਕਾਰੀ ਤੰਤਰ ਭਾਰਤ ਦਾ ਪੂਰਾ ਖੁਫੀਆ ਤੰਤਰ, ਉਹਦੇ ਨਾਲ ਰਸ਼ੀਆ, ਉਹਦੇ ਨਾਲ ਇਜ਼ਰਾਈਲ, ਉਹਦੇ ਨਾਲ ਜਿਹੜਾ ਹੈ ਬ੍ਰਿਟੇਨ ਅਤੇ ਪਤਾ ਨਹੀਂ ਹੋਰ ਕਿੰਨੇ ਕੁ ਲੁਕਵੇ ਜਿਹੜੇ ਹੋਣਗੇ ਜਿਹੜੇ ਐਡੇ ਵੱਡੇ ਰੂਪ ਦੇ ਵਿੱਚ ਭਾਰਤ ਦੀ ਉਸ ਟਾਈਮ ਦੇ ਉੱਤੇ ਮਦਦ ਕਰ ਰਹੇ ਸੀ। ਹੁਣ ਸਵਾਲ ਇਹ ਪੈਂਦਾ ਕਿ ਇੰਦਰਾ ਗਾਂਧੀ ਦੇ ਥੜਕਦੇ ਹੋਏ ਬੋਲ 2 ਜੂਨ ਦੀ ਰਾਤ ਨੂੰ ਜਿਹੜੇ ਜਿਸ ਜ਼ਬਾਨ ਦੇ ਵਿੱਚ ਉਹ ਜਿਹੜਾ ਦੂਰਦਰਸ਼ਨ ਤੋਂ ਇੱਕ ਭਾਸ਼ਣ ਦੇ ਰਹੀ ਸੀ, ਸੰਦੇਸ਼ ਦੇ ਰਹੀ ਸੀ, ਅਤੇ ਉਹਦੀ ਆਵਾਜ਼ ਦੇ ਵਿੱਚ ਜਿਹੜਾ ਇੱਕ ਉਹਦਾ ਡਰ ਸੀ, ਉਹਦਾ ਭਉ ਸੀ, ਉਹ ਐਡਾ ਕੁ ਵੱਡਾ ਸੀ ਜੇ ਉਹਨੂੰ ਤੁਸੀਂ ਕਿਸੇ ਕਿਤਾਬ 'ਤੇ ਉਕਰਨਾ ਹੋਵੇ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰਿਆਂ ਨੇ ਉਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹ ਲਫ਼ਜ਼ ਵੀ ਛੋਟੇ ਪੈ ਜਾਂਦੇ ਨੇ ਕਈ ਵਾਰ, ਕਿਉਂਕਿ ਉਹਦੇ ਮਨ ਦਾ ਜਿਹੜਾ ਹਾਵ ਭਾਵ, ਜਿਹੜੇ ਉਹਦੇ ਫੇਸ ਦਾ ਹਾਵ ਭਾਵ ਅਤੇ ਉਹਦਾ ਮਨ ਦਾ ਡਰ ਸੀ, ਉਹ ਬਿਲਕੁਲ ਜਿਹੜਾ ਸੀ ਉਹ ਝਲਕ ਰਿਹਾ ਸੀ। ਐਡਾ ਵੱਡਾ ਜਿਹੜਾ ਡਰ ਸੀ ਉਹ ਪੈਦਾ ਕਿਉਂ ਹੋਇਆ? ਉਹਦਾ ਕਾਰਨ ਇਹ ਸੀਗਾ ਕਿ ਜਦੋਂ ਤੁਸੀਂ ਉਸ ਕੌਮ ਦੇ ਨਾਲ ਜਿਹੜਾ ਮੱਥਾ ਲਾ ਰਹੇ ਹੋ, ਜਿਹੜੀ ਕੌਮ ਜਿਹੜੀ ਆ ਜਿਸਨੇ ਕਿ ਉਸ ਭਾਰਤ ਦੀ ਰਾਖੀ ਵਾਸਤੇ, ਭਾਰਤ ਦੀ ਆਜ਼ਾਦੀ ਵਾਸਤੇ ਆਪਣਾ 90% ਯੋਗਦਾਨ ਦਿੱਤਾ ਹੋਵੇ, ਅਤੇ ਜਦੋਂ ਤੁਸੀਂ ਫਿਰ ਉਹਨਾਂ ਦੇ ਉੱਤੇ ਹਮਲਾਵਰ ਹੋ ਕੇ ਆਉਂਦੇ ਹੋ, ਉਸ ਤਰ੍ਹਾਂ ਨਾਲ ਹਮਲਾਵਰ ਹੋ ਕੇ ਆਉਂਦੇ ਹੋ ਕਿ ਜਿੱਦਾਂ ਕਿਸੇ ਦੂਸਰੇ ਦੇਸ਼ ਦੇ ਨਾਲ ਲੜਾਈ ਜਿਹੜੀ ਆ ਉਹ ਕਰਨ ਚੱਲੇ ਹੋ, ਅਤੇ ਫਿਰ ਤੁਹਾਡੇ ਜਿਹੜੀ ਅੰਦਰ ਦੀ ਮਾਨਸਿਕਤਾ ਹੈਗੀ ਆ ਉਹ ਵੀ ਜ਼ਾਹਰ ਹੋ ਜਾਂਦੀ ਹੈਗੀ ਆ ਕਿ ਤੁਸੀਂ ਅਸਲ ਵਿੱਚ ਇਹ ਚੀਜ਼ ਜਿਹੜੀ ਆ ਉਹ ਕਰਕੇ ਰਹੋ, ਕਿਸ ਮਾਨਸਿਕਤਾ ਤੋਂ ਜਿਹੜੀ ਉਹ ਕਰਦੇ ਹੋ। ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਕਿ ਜਦੋਂ ਐਡਾ
50,000 वर्ग फुट जिहड़ा किलोमीटर का एरिया सी पंजाब नूं बिल्कुल भारत नालों कट दिता गया आधुनिक हथियारां दे नाल फौज पहुंचदी आ ते फिर भी सिख संगतां ये दो सवाल जिहड़े ने अलग अलग ने कि फिर भी सिख संगतां उत्थे पहुंचदियां ने गुरु अर्जन साहब दी शहीदी गुरपुरब नूं समर्पित होण वास्ते उत्थे अपने शहीदां नूं याद करन वास्ते अपने गुरु दा जिहड़ी खुशी लैण वास्ते उत्थे पहुंचदियां ने जद के सारा जिहड़ा आला दुआला वो ये दर्शा रहा सी कि इत्थे जिहड़ी जंग आ वो हिंद पंजाब दी जिहड़ी आ वो किसे वेले भी हो सकदी आ बल्कि उस तो पहला एक तरीक तो ये चीज़ां हो चुकियां सी उत्थे कई सिंघां दीआं शहीदियां हो चुकियां सी इस दे बावजूद सिखां दा एड्डी वड्डी गिणती दे विच उत्थे पहुँच जाना उत्थे नतमस्तक होण वास्ते पहुँच जाना ਇਹ ਗੱਲ ਆਮ ਦੁਨਿਆਵੀ ਬੰਦੇ ਨੂੰ ਸਮਝ ਆ ਨਹੀਂ ਸਕਦੀ ਨਾ ਕਿਸੇ PhD ਨੂੰ ਆ ਸਕਦੀ ਆ ਨਾ ਕਿਸੇ ਹੋਰ ਐਜੂਕੇਸ਼ਨਿਸਟ ਨੂੰ ਆ ਸਕਦੀ ਆ ਤੇ ਨਾ ਹੀ ਕਿਸੇ ਹੋਰ ਦ੍ਰਿਸ਼ਟੀ ਵਾਲੇ ਬੰਦੇ ਨੂੰ ਆ ਸਕਦੀ ਹੈਗੀ ਆ ਇਹ ਦ੍ਰਿਸ਼ਟੀ ਉਹਨਾਂ ਦੀ ਕੰਮ ਕਰੇਗੀ ਜਿਨ੍ਹਾਂ ਦੀ ਜੋਤ ਜਿਹੜੀ ਆ ਜਿਹੜੇ ਗੁਰੂ ਨੂੰ ਸਮਰਪਿਤ ਆ ਜਿਹੜੇ ਗੁਰੂ ਦੀ ਉਸ ਸਿੱਖਿਆ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝਦੇ ਨੇ आम दुनियावी बंदे दे गल ए समझ इस करके भी नहीं आ सकती हैगी कि जिस दृष्टि तो इसनू इस लड़ाई नू जां इस उस समय नू देखिया जाना चाहिदा भारतीय सरकार झूठ बोल के जो बरतांत सिरज के हुण तक उन्हें दिखाउण दी कोशिश कीती आ उहदे विच झूठ फरेब तो अलावा कुछ भी नहीं उहदे विच सिर्फ धोखा फरेब झूठ ते उहनां वल्लों सिरजिया होया बरतांत तो अलावा कुछ नहीं असली सच्चाई यह आ कि असल दे विच उह सिखां नूं पूरी तरह दे नाल इह सबक सिखाउण दे उत्ते तुले होए सीगे कि असीं इहनां नूं तकरीबन खत्म कर देना जे मैं इत्थे गलत ना बोलां ते जिद्दां अबदाली ने सोचिया सी ना कि 80% कौम तां इहनां दी मैं खत्म करती ते बिल्कुल इंदिरा गांधी भी उसे पैटर्न दे उत्ते सी तुसीं अबदाली नालों वक्ख करके इंदिरा नूं नहीं देख सकदे बल्कि उह तां सिद्धा टक्करदा सी ਇਹਨਾਂ ਦੇ ਵਿੱਚ ਝੂਠ ਵੀ ਆ ਇਹਨਾਂ ਦੇ ਵਿੱਚ ਫਰੇਬ ਵੀ ਆ ਇਹਨਾਂ ਦੇ ਵਿੱਚ ਧੋਖਾ ਵੀ ਆ ਅਤੇ ਇਹਨਾਂ ਦੇ ਵਿੱਚ ਇੱਕ ਲੁਕੀ ਹੋਈ ਸਾਜਿਸ਼ ਵੀ ਆ ਸੋ ਜੋ ਇਹ ਸਾਰਾ ਕੁਛ ਉੱਥੇ ਵਾਪਰਿਆ ਜਾਂ ਵਾਪਰਨ ਵਾਲਾ ਸੀ ਫਿਰ ਵੀ ਸਿੱਖ ਸੰਗਤਾਂ ਨੂੰ ਉੱਥੇ ਜਮਾਵੜਾ ਹੋਣਾ ਪਹੁੰਚਣਾ ਬੀਬੀਆਂ ਛੋਟੇ ਛੋਟੇ ਬੱਚੇ ਪਹੁੰਚਣੇ ਇੰਨੀ ਗਰਮੀ ਦੇ ਦਿਨਾਂ ਦੇ ਵਿੱਚ क्योंकि असी उन्हों बहुत चंगी तरह महसूस कर सकते हैं क्योंकि साड़ी भी उम्र उस टाइम दे कोई इन्नी छोटी नहीं सीगी 16 साल दे मैनू लगता कि बच्चे नू बहुत समझ हुंदी आ उन्हों सारा कुछ पता हुंदा की हो रहा की वापर रहा ते मैनू याद आ कि 3 जून नू असी जिन्हां फौजियां नू जिहड़े फौजी असी देखे क्योंकि साडा इलाका ओह सी एरिया ओह सी जदों असी देखदे सी उत्थे ते असी इह देखदे सीगे कि इह फौजी ने पता नहीं किस काम करन करके आए ने ਅਤੇ ਫੌਜੀਆਂ ਨੇ ਵੀ ਸਾਡੇ ਕੋਲ ਛਬੀਲ ਦੀ ਮੰਗ ਕੀਤੀ ਅਤੇ ਅਸੀਂ ਉਹਨਾਂ ਨੂੰ ਛਬੀਲ ਪਿਲਾ ਦਿੱਤੀ ਅਤੇ ਸਾਡੇ ਮਨ ਦੇ ਵਿੱਚ ਇਹ ਬਿਲਕੁਲ ਨਹੀਂ ਆਇਆ ਇਨਸਾਨੀਅਤ ਦੇ ਤੌਰ ਦੇ ਉੱਤੇ ਕਿ ਭਾਈ ਇਹ ਸਾਡੇ ਗੁਰਧਾਮਾਂ ਦੇ ਉੱਤੇ ਹਮਲਾਵਰ ਹੋ ਕੇ ਆਏ ਨੇ ਕਿਉਂਕਿ ਸਾਡੇ ਗੁਰੂ ਨੇ ਸਾਨੂੰ ਸਿੱਖਿਆ ਹੀ ਨਹੀਂ ਹੈ ਦਿੱਤੀ ਹੋਈ ਅਤੇ ਮੈਨੂੰ ਚੰਗੀ ਤਰ੍ਹਾਂ ਯਾਦ ਆ ਉਹ 3 ਜੂਨ ਦਾ ਦਿਨ ਜਦ ਅਸੀਂ ਕੁਛ ਘੰਟਿਆਂ ਬਾਅਦ ਉਹ ਫੌਜ ਵੀ ਨਾ ਲੱਭੀ ਉੱਥੇ ਕੁਛ ਵੀ ਨਾ ਲੱਭਿਆ ਉਹ ਸਭ ਕੁਛ ਖਾਲੀ ਹੋ ਗਈਆਂ ਥਾਵਾਂ ਅਤੇ ਇਹ ਮਹਿਸੂਸ ਹੋ ਗਿਆ ਕਿ ਭਾਈ ਕੁਛ ਵੱਡਾ ਹੋਣ ਵਾਲਾ ਕਿਉਂਕਿ ਅੱਜ ਕੱਲ੍ਹ ਦਾ ਯੁੱਗ ਨਹੀਂ ਸੀ ਗਿਆ ਜਿਹਦੇ ਵਿੱਚ ਸਭ ਕੁਛ ਜਿਹੜਾ ਉਹ ਸਾਡੇ ਸਾਹਮਣੇ ਜਿਹੜਾ ਉਹ ਆ ਸਕਦਾ ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਕਿ ਜਦੋਂ ਸਾਰਾ ਕੁਛ ਇਹ ਹੋਣ ਵਾਲਾ ਸੀ ਅਤੇ ਫਿਰ ਇਹ ਜਾਣ ਬੁੱਝ ਕੇ ਸਿੱਖਾਂ ਨੂੰ ਸਿੱਖ ਬੀਬੀਆਂ ਨੂੰ ਸਿੱਖ ਬੱਚਿਆਂ ਨੂੰ ਸਿੱਖਾਂ ਨੂੰ ਅੰਦਰ ਜਾਣ ਦਿੱਤਾ ਗਿਆ ਕਿ ਇਹਨਾਂ ਦੀ ਨਸਲਕੁਸ਼ੀ ਜਿਹੜੀ ਆ ਉਹ ਫਿਰ ਅੰਦਰੇ ਅਸੀਂ ਕਰਨੀ ਹੈਗੀ ਆ ਕਿਉਂਕਿ ਫਿਰ ਇਹਨਾਂ ਨੂੰ ਅਸੀਂ ਬਾਹਰ 'ਤੇ ਆਉਣ ਨਹੀਂ ਦੇਣਾ ਜੋ ਮਰਜ਼ੀ ਭਾਰਤੀ ਸਰਕਾਰ ਝੂਠ ਬੋਲੀ ਜਾਵੇ ਕਿ ਅਸੀਂ ਇਹਨਾਂ ਨੂੰ ਬਹੁਤ ਬੁਲਾਇਆ ਜੀ ਅਸੀਂ ਇਹਨਾਂ ਦੇ ਇੰਨੀਆਂ ਐਲਾਨ ਕੀਤੀਆਂ ਚਾਹੇ ਉਹ KS ਬ੍ਰਾਂਡ ਜੋ ਮਰਜ਼ੀ ਬਕਵਾਸ ਕਰੀ ਜਾਵੇ ਜਿਹੜਾ ਬੰਦਾ ਅੰਦਰ ਚਲਾ ਗਿਆ ਉਹ ਮੁੜ ਕੇ ਵਾਪਸ ਨਹੀਂ ਆ ਪਾਇਆ ਉਹ ਵਾਪਸ ਨਹੀਂ ਹੋ ਪਾਇਆ ਅਤੇ ਇਹਨਾਂ ਦੀ ਜੋ ਦਿਮਾਗ ਦੇ ਵਿੱਚ ਇਹਨਾਂ ਦੀ ਗੰਦੀ ਨੀਤੀ ਸੀ ਉਹ ਇਹਨਾਂ ਨੇ 3 ਅਤੇ 4 ਦੀ ਰਾਤ ਨੂੰ ਕਰਨੀ ਪੂਰੀ ਤਰ੍ਹਾਂ ਦੇ ਨਾਲ ਸ਼ੁਰੂ ਕੀਤੀ ਕਿਉਂਕਿ ਸ਼ੁਰੂਆਤ ਤਾਂ ਪਹਿਲਾਂ ਹੀ ਹੋ ਚੁੱਕੀ ਸੀਗੀ ਸੋ
ਇਹ ਸਿੱਖ ਕੌਮ ਦੇ ਵਾਸਤੇ ਇੱਕ ਬੜਾ ਭਿਆਨਕ ਸਮਾਂ ਸੀ। ਆਲਾ ਦੁਆਲਾ ਪਿੰਡਾਂ ਦਾ ਸੀਲ ਕਰ ਦਿੱਤਾ ਗਿਆ, ਕਿਸੇ ਨੂੰ ਜਿਹੜਾ ਉਹ ਦਰਬਾਰ ਸਾਹਿਬ ਵੱਲ ਨੂੰ ਮੁੜ ਕੇ ਕੂਚ ਨਹੀਂ ਕਰਨ ਦਿੱਤਾ ਗਿਆ, ਕਿਉਂਕਿ ਗੋਲੀ ਦੇ ਹੁਕਮ ਦੇ ਦਿੱਤੇ ਗਏ, ਪੂਰੀ ਤਰ੍ਹਾਂ ਦੇ ਨਾਲ ਕਰਫਿਊ ਲਗਾ ਦਿੱਤਾ ਗਿਆ। ਅਤੇ ਮੈਂ ਇਹ ਸਮਝਦਾ ਕਿ ਭਾਰਤੀ ਹਕੂਮਤ ਜਿਹੜੀ ਆ ਉਹ ਜਦੋਂ ਫਿਰ ਸਿੰਘਾਂ ਨੇ ਉਹਨਾਂ ਦਾ ਜਿਹੜਾ ਮੂੰਹ ਤੋੜਵਾਂ ਜਵਾਬ ਦਿੱਤਾ, ਅਤੇ ਫਿਰ ਜਿੱਦਾਂ ਮੈਂ ਪਹਿਲਾਂ ਵੀ ਇੱਕ ਦਿਨ ਇੱਕ ਪ੍ਰੋਗਰਾਮ 'ਚ ਕਿਹਾ ਸੀ ਕਿ ਜਿਹੜੀਆਂ ਇਹਨਾਂ ਨੇ 3 ਜੰਗਾਂ 2 ਪਾਕਿਸਤਾਨ ਅਤੇ 1 ਚੀਨ ਦੇ ਨਾਲ ਲੜੀ ਆ, ਉਨੀਆਂ ਲਾਸ਼ਾਂ ਇਹਨਾਂ ਨੇ ਮੁੜ ਕੇ ਜਿਹੜੀਆਂ ਨੇ ਉਨੀਆਂ ਲਾਸ਼ਾਂ ਉਹ 3 ਜੰਗਾਂ 'ਚ ਨਹੀਂ ਢੋਈਆਂ, ਅਤੇ ਉਸ ਤੋਂ ਕਈ ਗੁਣਾ ਜ਼ਿਆਦਾ ਫਿਰ ਲਾਸ਼ਾਂ ਇਹਨਾਂ ਨੇ ਫਿਰ ਆਪਣੇ ਫੌਜੀਆਂ ਦੀਆਂ ਢੋਈਆਂ ਨੇ ਉੱਥੇ। ਸੋ ਉੱਥੇ ਗੁਰੂ ਖਾਲਸਾ ਦੀ ਜਿਹੜੀ ਫੌਜ ਸੀ ਗਿਣਤੀ 'ਚ ਭਾਵੇਂ ਘੱਟ ਸੀ, ਪਰ ਇੱਕ ਵਾਰੀ ਇਹਨਾਂ ਦੇ ਨਾਸੀ ਧੂੰਆਂ ਇਹੋ ਜਿਹਾ ਲਿਆਂਦਾ ਕਿ ਜਿਹੜੇ ਕਹਿੰਦੇ ਸੀ ਕਿ ਅਸੀਂ 2 ਘੰਟੇ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਤੇ ਲੈ ਕੇ ਆ ਜਾਣਾ, ਅਤੇ ਬਸ ਆਹ 2-3 ਘੰਟੇ ਦੀ ਸਾਡੀ ਸਾਰੀ ਗੇਮ ਹੈ, ਇਸ ਤੋਂ ਉੱਤੇ ਕੋਈ ਗੱਲ ਨਹੀਂ। ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅੰਦਰ ਖਾਲਸਾਈ ਜਾਲੋ ਜਲੌਲ ਦੇ ਨਾਲ ਜਿਹੜੇ ਸਿੰਘ ਬੈਠੇ ਨੇ ਉਹ ਉਸ ਕਲਗੀਧਰ ਪਾਤਸ਼ਾਹ ਦੇ ਪੁੱਤਰ ਨੇ, ਅਤੇ ਤੁਸੀਂ ਜਿਹੜੇ ਉਹ ਇੱਕ ਰਾਸ਼ਟਰ ਦੇ ਪੁੱਤ ਬਣ ਕੇ ਇੱਥੇ ਆਏ ਹੋ, ਅਤੇ ਤੁਹਾਨੂੰ ਜਿਹੜੀ ਅੱਗੋਂ ਮਾਰ ਪੈਣੀ ਆ ਉਹਦਾ ਤੁਸੀਂ ਕਦੀ ਅੰਦਾਜ਼ਾ ਵੀ ਨਹੀਂ ਲਗਾਇਆ ਹੋਣਾ। ਹੁਣ ਸਵਾਲ ਇਹ ਲੋਕ ਕਰਦੇ ਨੇ ਕਈ ਵਾਰੀ ਕਿ ਦੇਖੋ ਜੀ ਉੱਥੇ ਤਾਂ ਹਥਿਆਰ ਸੀਗੇ ਅਕਾਲ ਤਖਤ ਸਾਹਿਬ ਦੇ, ਹੁਣ ਮੈਨੂੰ ਤੁਸੀਂ ਇਹ ਦੱਸੋ ਕਿ ਆਪਣੇ ਘਰ ਦੀ ਰਾਖੀ ਕਰਨ ਵਾਸਤੇ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਹਥਿਆਰ ਨਹੀਂ ਰੱਖਦੇ, ਤੁਹਾਡੀ ਤੁਸੀਂ ਆਪਣੇ ਆਪ ਨੂੰ ਸੇਫ ਕਿਵੇਂ ਰੱਖੋਗੇ? ਇਹ ਗੱਲ ਸੰਤ ਜਰਨੈਲ ਸਿੰਘ ਹੁਣਾਂ ਨੂੰ ਵੀ ਪੁੱਛੀ ਗਈ ਸੀ ਕੁਛ ਦਿਨ ਪਹਿਲਾਂ ਕਿ ਭਾਈ ਤੁਸੀਂ ਜਿਹੜੇ ਉਹ ਹਥਿਆਰਾਂ ਦੀ ਗੱਲ ਕਰਦੇ ਹੋ, ਅਤੇ ਫਿਰ ਸੰਤਾਂ ਨੇ ਬੜਾ ਸਪਸ਼ਟ ਜਿਹਾ ਜਵਾਬ ਦਿੱਤਾ ਸੀਗਾ ਕਿ ਭਾਈ ਜੇ ਹਥਿਆਰਾਂ ਦੀ ਲੋੜ ਨਹੀਂ ਤਾਂ ਆਪ ਫੌਜ ਦੇ ਕੋਲ ਜਿਹੜੇ ਤੁਸੀਂ ਹਥਿਆਰ ਦਿੱਤੇ ਨੇ ਆ ਫੌਜ ਬਿਠਾਈ ਆ, ਇਹਨੂੰ ਵੀ ਵਾਪਸ ਬੁਲਾ ਲਓ, ਇਹਦੀ ਕੀ ਲੋੜ ਆ? ਸੋ ਉਹ ਤਾਂ ਮਹਾਨ ਯੋਧੇ ਜਿਸ ਤਰ੍ਹਾਂ ਦੇ ਨਾਲ ਜਵਾਬ ਦਿੰਦੇ ਸੀ ਜਾਂ ਜਿਹੜੀ ਸੋਚ ਸੀ ਉਹਨਾਂ ਕੋਲ, ਉਹ ਸੋਚ ਸਿੱਧੀ ਸਿੱਧੀ ਜਿਹੜੀ ਸੀਗੀ ਉਹ ਗੁਰੂ ਦੀ ਸੋਚ ਸੀ। ਉਹ ਕੋਈ ਆਮ ਕਿਸੇ ਦੁਨਿਆਵੀ ਕਿਸੇ ਐਜੂਕੇਸ਼ਨ ਤੋਂ ਨਹੀਂ ਸੀ ਆ ਰਹੀ, ਕਿਸੇ ਕਿਤਾਬ ਤੋਂ ਨਹੀਂ ਸੀ ਆ ਰਹੀ, ਕਿਸੇ ਯੂਨੀਵਰਸਿਟੀ ਦੇ ਕਿਸੇ ਪ੍ਰੋਫੈਸਰ ਦੀ ਪੜ੍ਹਾਈ ਹੋਈ ਕਿਤਾਬ ਤੋਂ ਨਹੀਂ ਸੀ ਆ ਰਹੀ, ਕਿਸੇ ਲੈਬ 'ਚੋਂ ਨਹੀਂ ਸੀ ਆ ਰਹੀ। ਉਹ ਸਿੱਧੀ ਸਿੱਧੀ ਗੁਰੂ ਤੋਂ ਜਿਹੜੀ ਸਿੱਖਿਆ ਸੀ ਜਾਂ ਸਿੱਧਾ ਸਿੱਧਾ ਗੁਰੂ ਦੇ ਨਾਲ ਜਿਹੜਾ ਸੰਬੰਧ ਆ ਸਿੱਖ ਦਾ ਅਸਲੀ ਰੂਪ ਦੇ ਵਿੱਚ, ਅਸੀਂ ਤਾਂ ਪਾਪੀ ਹਾਂ ਜਿਹੜੇ ਲੋਕ ਸਿੱਧੇ ਲੋਕ ਜਿਹੜੇ ਗੁਰੂ ਦੇ ਨਾਲ ਜੁੜੇ ਨੇ ਉਹਨਾਂ ਦੀਆਂ ਗੱਲਾਂ ਅਤੇ ਉਹਨਾਂ ਦਾ ਜਿਹੜਾ ਜਜ਼ਬਾ ਉਹ ਬੜਾ ਅਲੱਗ ਹੁੰਦਾ, ਅਤੇ ਉਸ ਜਜ਼ਬੇ ਨੂੰ ਅਗਰ ਤੁਸੀਂ ਵੇਖਣਾ ਤਾਂ ਉਸ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਤੀਰ ਵਾਲੇ ਬਾਬੇ ਦੇ ਵਿੱਚ ਤੁਸੀਂ ਦੇਖ ਸਕਦੇ ਸੀਗੇ, ਕਿਉਂਕਿ ਅਸੀਂ ਤਾਂ ਉਹਨਾਂ ਨੂੰ ਬੜੀ ਨੇੜਿਓਂ ਦੇਖਿਆ। ਸੋ ਇਸ ਕਰਕੇ ਇਹ ਗੱਲ ਸਾਡੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਝਣੀ ਚਾਹੀਦੀ ਆ ਕਿ ਇਹ ਲੜਾਈ ਜਿਹੜੀ ਆ, ਜਿਹੜੀ ਦਿਖਾਈ ਗਈ ਲੜਾਈ ਕਿ ਉੱਥੇ ਕੁਛ ਬੰਦੇ ਸੀ ਉਹਨਾਂ ਬੰਦਿਆਂ ਨੂੰ ਕੱਢਣ ਵਾਸਤੇ ਫੌਜ ਐਡੀ ਵੱਡੀ ਗਿਣਤੀ ਵਿੱਚ ਫੌਜ ਆਈ ਅਤੇ ਉਹਨਾਂ ਨੂੰ ਸਿਰਫ ਉੱਥੋਂ ਖਾਲੀ ਕਰਾਉਣਾ ਸੀ ਜਿਹੜਾ ਅਕਾਲ ਤਖਤ ਸਾਹਿਬ, ਅਤੇ ਇਸ ਕਰਕੇ ਫੌਜ ਆਈ। ਇੱਕ ਗੱਲ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਸਮਝਾ ਦਈਏ ਕਿ ਇਹ ਲੜਾਈ ਜਿਹੜੀ ਸੀਗੀ ਇਹ ਸਿਰਫ ਉੱਥੇ ਬੈਠੇ ਹੋਏ ਸਿੰਘਾਂ ਨੂੰ ਬਾਹਰ ਕੱਢਣ ਤੱਕ ਨਹੀਂ ਸੀ, ਇਹ ਲੜਾਈ 2 ਤਖਤਾਂ ਦੀ ਲੜਾਈ ਆ, ਇਹ 2 ਤਖਤਾਂ ਦੀ ਲੜਾਈ ਸੀ ਅਤੇ ਹੈ। ਜਿਹੜਾ ਕਿ 2 ਫੁੱਟ ਉੱਚਾ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਹੈ, ਇੱਕ ਪਾਸੇ ਉਹ ਤਖਤ ਆ ਅਤੇ ਇੱਕ ਪਾਸੇ ਦਿੱਲੀ ਦਾ ਤਖਤ ਸੀ, ਅਤੇ ਜਿਹਦੀ ਇਹ ਲੜਾਈ ਆ ਅਤੇ ਜਿਹੜੀ ਹਾਲੇ ਤੱਕ ਜਾਰੀ ਆ। ਜਿਹੜੀ ਲੜਾਈ ਉਸ ਟਾਈਮ ਦੇ ਉੱਤੇ ਹਥਿਆਰ ਰੂਪੀ ਰੂਪ ਦੇ ਵਿੱਚ ਲੜੀ ਗਈ ਮੌਕੇ ਅਨੁਸਾਰ, ਉਹ ਵੀ ਇੱਕ ਵਰਤਾਰਾ ਸੀ। ਉਸ ਵਰਤਾਰੇ ਨੂੰ ਸਮਝਣ ਵਾਸਤੇ ਸਾਨੂੰ ਕਿਸੇ ਭਾਰਤੀ ਸਟੇਟ ਵੱਲੋਂ ਸਿਰਜਿਆ ਹੋਇਆ ਵਰਤਾਂਤ ਜਾਂ ਭਾਰਤੀ ਸਟੇਟ ਦੀ ਜਿਹੜੀ ਥਿਊਰੀ ਆ ਉਹਨੂੰ ਰੱਦ ਕਰਨਾ ਪਊ, ਅਤੇ ਸਾਨੂੰ ਗੁਰੂ ਦੇ ਸਿੱਖੀ ਸਿਧਾਂਤਾਂ ਤੋਂ ਇਸ ਨੂੰ ਵੇਖਣਾ ਪਊ, ਅਤੇ ਫਿਰ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸਹੀ ਦਿਸ਼ਾ ਨਿਰਦੇਸ਼ ਦੇ ਪਾਵਾਂਗੇ ਕਿ ਭਾਈ ਅਸਲ ਵਿੱਚ ਇਹ ਲੜਾਈ ਜਿਹੜੀ ਹੈ ਉਹ ਕੀ ਸੀ ਅਤੇ ਕੀ ਹੈ ਅਤੇ ਕੀ ਚੱਲ ਰਿਹਾ ਹੈਗਾ। ਸੋ ਇਹ ਦਿਨ
ਬੜੇ ਉਹੋ ਜਿਹੇ ਨੇ ਕਿ ਜਿਹਦੇ ਵਿੱਚ ਅਸੀਂ ਇੱਕ ਪੀੜਤ ਧਿਰ ਹੁੰਦਿਆਂ ਹੋਇਆਂ ਆਪਣੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦੇ ਨਾਲ ਨਾਲ ਚੜ੍ਹਦੀ ਕਲਾ ਦੇ ਪ੍ਰਤੀਕ ਵੱਲ ਵੀ ਅਸੀਂ ਰਹਿਣਾ ਕਿ ਸਾਡੇ ਉਹ ਸਿੰਘਾਂ ਨੇ ਜੋ ਉੱਥੇ ਲੜਾਈ ਦਾ ਮੈਦਾਨ ਬਣਿਆ ਅਤੇ ਜਿੱਡੀ ਬਹਾਦਰੀ ਦੇ ਨਾਲ ਉੱਥੇ ਸਿੰਘਾਂ ਨੇ ਲੜਾਈ ਲੜੀ ਉਹ ਸ਼ਾਇਦ ਦੁਨੀਆ ਦੇ ਕਿਸੇ ਇੱਕ ਵੱਡੀ ਲੜਾਈ ਤੋਂ ਜਿਹੜੀ ਆ ਉਹ ਘੱਟ ਨਹੀਂ ਸੀ। ਅਤੇ ਇਹ ਗੱਲ ਚੰਗੀ ਤਰ੍ਹਾਂ ਦੇ ਨਾਲ ਬ੍ਰਿਟੇਨ ਵੀ ਚੰਗੀ ਤਰ੍ਹਾਂ ਨਾਲ ਜਾਣਦਾ, ਰਸ਼ੀਆ ਵੀ ਚੰਗੀ ਤਰ੍ਹਾਂ ਦੇ ਨਾਲ ਨਾਲ ਜਾਣਦਾ, ਅਤੇ ਭਾਰਤ ਨੂੰ ਤਾਂ ਕੋਈ ਭੁੱਲ ਰਹਿਣੀ ਨਹੀਂ ਚਾਹੀਦੀ, ਕਿਉਂਕਿ ਜਦੋਂ ਉਹਨਾਂ ਨੇ 15,000 ਆਪਣੇ ਫੌਜੀਆਂ ਦੀਆਂ ਲਾਸ਼ਾਂ ਢੋਈਆਂ ਅਤੇ ਕੋਈ 20,000 ਇਹਨਾਂ ਦਾ ਜਿਹੜਾ ਜ਼ਖਮੀ ਹੋਇਆ ਫੌਜੀ ਇਹਨਾਂ ਨੇ ਗੱਡੀਆਂ 'ਚ ਪਾ ਪਾ ਲਿਜਾਇਆ, ਅਤੇ ਫਿਰ ਇਹਨਾਂ ਨੂੰ ਜਿਹੜਾ ਸੀਗਾ ਇਹ ਗੱਲ ਸਮਝ ਆ ਗਈ ਸੀ ਕਿ ਭਾਈ ਇਹ ਸਿੱਖਾਂ ਦੇ ਨਾਲ ਜਿਹੜੀ ਲੜਾਈ ਅਸੀਂ ਲੜ ਤਾਂ ਲਈ ਆ, ਇਹਦਾ ਖਮਿਆਜ਼ਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਲੰਬੇ ਸਮੇਂ ਤੱਕ ਜਿਹੜਾ ਉਹ ਭੁਗਤਣਾ ਪਏਗਾ। ਅਤੇ ਅੱਜ ਤੱਕ ਭਾਰਤੀ ਸਰਕਾਰ ਇਹ ਭੁਗਤ ਰਹੀ ਆ ਅਤੇ ਇਹਨੂੰ ਭੁਗਤਣਾ ਪਊਗਾ ਉਦੋਂ ਤੱਕ ਜਦੋਂ ਤੱਕ ਫਿਰ ਅਖੀਰਲੀ ਜਿਹੜੇ ਬੋਲ ਨੇ ਸੰਤਾਂ ਦੇ ਕਿ ਜਿਸ ਦਿਨ ਭਾਰਤੀ ਫੌਜ ਦੇ ਕਦਮ ਦਰਬਾਰ ਸਾਹਿਬ ਦੇ ਵਿੱਚ ਪੈਣਗੇ ਉਸ ਦਿਨ ਫਿਰ ਖਾਲਿਸਤਾਨ ਦੀ ਨੀਂਹ ਜਿਹੜੀ ਆ ਉਹ ਰੱਖੀ ਜਾਊਗੀ। ਸੋ ਇਹ ਖਾਲਿਸਤਾਨ ਦੀ ਨੀਂਹ ਉਸ ਦਿਨ ਰੱਖੀ ਗਈ, ਫੌਜ ਦੇ ਪੈਰ ਪਏ ਅਤੇ ਫਿਰ ਇੱਕ ਸਿਧਾਂਤ ਜਿਹੜਾ ਸੀਗਾ ਉਹ ਬਣਿਆ, ਉਹ ਸਿਧਾਂਤ ਹੋਇਆ, ਉਹ ਸਿਧਾਂਤ ਜਿਹੜਾ ਉਹ ਸਾਡੇ ਸਾਹਮਣੇ ਸਾਡੇ ਸਿੱਖਾਂ ਨੂੰ ਜਿਹੜਾ ਉਹ ਦਿੱਤਾ ਗਿਆ। ਅਤੇ ਉਸ ਸਿਧਾਂਤ ਦੇ ਉੱਤੇ ਅੱਜ ਜਿਹੜੇ ਕੌਮ ਦੇ ਯੋਧੇ, ਕੌਮ ਦੇ ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਸਿੱਖ ਨੇ ਉਹ ਅੱਜ ਜਿਹੜਾ ਉਹ ਆਪਣਾ ਪਹਿਰਾ ਜਿਹੜਾ ਉਹ ਦੇ ਰਹੇ ਨੇ, ਇਸੇ ਕਰਕੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਿੱਦਾਂ 5 ਜੂਨ ਨੂੰ ਇੱਥੇ ਟੋਰਾਂਟੋ ਸਾਡੇ ਬ੍ਰੈਂਪਟਨ ਦੇ ਵਿੱਚ ਡਿਕਸੀ ਗੁਰੂ ਸਾਹਿਬ ਦੇ ਵਿੱਚ ਅਸੀਂ ਨਗਰ ਕੀਰਤਨ ਜਿਹੜਾ ਉਹ ਕੱਢਿਆ ਜਾ ਰਿਹਾ ਹੈਗਾ, ਉਸ ਨਗਰ ਕੀਰਤਨ ਦੇ ਵਿੱਚ ਵੀ ਸਾਰੀ ਸੰਗਤ ਨੂੰ ਜਿਹੜਾ ਹੈ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈਗੀ ਆ। ਅਤੇ ਸ਼ਹੀਦਾਂ ਨੂੰ ਯਾਦ ਕਰਨਾ ਆਪਾਂ, ਉਹ ਸ਼ਹੀਦ ਜਿਹੜੇ ਕੌਮ ਦੀ ਖਾਤਰ, ਜਿਹੜੇ ਆਪਣੀ ਕੌਮ ਦੀ ਅਣਖ ਦੀ ਖਾਤਰ, ਜਿਹੜੇ ਆਪਣੇ ਇਸ਼ਟ ਦੀ ਖਾਤਰ ਆਪਣੀਆਂ ਜਿਹੜੀਆਂ ਜਾਨਾਂ ਨੇ ਉਹ ਵਾਰ ਗਏ। ਸੋ ਇਹ ਕਿਸੇ ਹੋਰ ਚੀਜ਼ ਦੀ ਪ੍ਰਾਪਤੀ ਵਾਸਤੇ ਨਹੀਂ, ਸਿੱਖਾਂ ਦੀ ਅਣਖ ਨੂੰ ਧੌਣ ਉੱਚੀ ਕਰਕੇ ਜਿਉਣ ਨੂੰ ਜ਼ਿੰਦਾ ਰੱਖਣ ਵਾਸਤੇ ਉਹਨਾਂ ਨੇ ਆਪਣੀਆਂ ਜਾਨਾਂ ਜਿਹੜੀਆਂ ਉਹ ਵਾਰੀਆਂ। ਅਤੇ ਸਾਡੀ ਕੌਮ ਦੇ ਬੱਚੇ ਬੱਚੇ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ, ਅਤੇ ਸਾਡੀ ਕੌਮ ਦੇ ਬੱਚੇ ਬੱਚੇ ਨੂੰ ਇਹ ਗੱਲ ਯਾਦ ਵੀ ਹੋਣੀ ਚਾਹੀਦੀ ਆ ਹਮੇਸ਼ਾ ਕਿ ਇਹ ਜਿਹੜੀ ਲੜਾਈ ਆ ਇਹ ਕਿਉਂ ਜਾਰੀ ਆ ਅਤੇ ਇਹਦਾ ਅਸਲੀ ਜਿਹੜਾ ਹੈ ਉਹ ਮੰਤਵ ਕੀ ਹੈਗਾ, ਕਿਸ ਚੀਜ਼ ਦੀ ਪ੍ਰਾਪਤੀ ਆ ਅਤੇ ਸਾਨੂੰ ਕਿਸ ਚੀਜ਼ ਵੱਲ ਜਿਹੜਾ ਹੈ ਉਹ ਆਪਣੇ ਕਦਮ ਪੁੱਟਣੇ ਪੈਣਗੇ। ਕਿਉਂਕਿ ਉਹਨਾਂ ਨੇ ਕੋਈ ਆਪਣੇ ਕਿਸੇ ਘਰ ਕੋਠੀਆਂ ਜਾਂ ਆਪਣੇ ਪੈਸੇ ਜਾਂ ਆਪਣੀ ਇੰਡਸਟਰੀ ਖੜ੍ਹੀ ਕਰਨ ਵਾਸਤੇ ਇਹ ਆਪਣਾ ਸਰੀਰ ਜਿਹੜਾ ਸੀਗਾ ਜਾਂ ਆਪਣਾ ਆਪਾ ਨਹੀਂ ਵਾਰਿਆ, ਉਹਨਾਂ ਨੇ ਕੌਮ ਦੀ ਖਾਤਰ ਆਪਾ ਵਾਰਿਆ ਕਿ ਕੌਮੀ ਘਰ ਵੱਲ ਵਧਣ ਤੋਂ ਇਲਾਵਾ ਅਸੀਂ ਕਿਸੇ ਹੋਰ ਜਿਹੜੀ ਹਕੂਮਤ ਆ ਉਹਦੇ ਅੰਦਰ ਜਾਂ ਉਹਦੇ ਅੰਡਰ ਜਾਂ ਉਹਦੀ ਰਹਿਨਮਾਈ ਦੇ ਵਿੱਚ ਆਪਣਾ ਜੀਵਨ ਜਿਹੜਾ ਉਹ ਨਹੀਂ ਬਤੀਤ ਕਰ ਸਕਦੇ। ਇਹ ਗੱਲ ਉਸ ਸਮੇਂ ਜਿਹੜੀ ਆ ਉਹ ਬੜੀ ਸਪੱਸ਼ਟ ਹੋ ਚੁੱਕੀ ਸੀ ਅਤੇ ਮੈਨੂੰ ਕਈ ਵਾਰੀ 38 ਸਾਲ ਬਾਅਦ ਇਹ ਗੱਲ ਵਾਰ ਵਾਰ ਇਹ ਗੱਲ ਦੁਹਰਾਉਣੀ ਪੈਂਦੀ ਆ ਕਿ ਭਾਈ ਇਹ ਗੱਲ ਨੂੰ ਸਿੱਖ ਪੂਰੀ ਤਰ੍ਹਾਂ ਦੇ ਨਾਲ ਸਮਝਣ, ਉਹਨਾਂ ਦੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਚੰਗੀ ਤਰ੍ਹਾਂ ਦੇ ਨਾਲ ਸਮਝਣ ਕਿ ਅਸਲ 'ਚ ਇਹ ਵਰਤਾਰਾ ਹੈ ਕੀ ਸੀ, ਵਰਤਾਰਾ ਕਿਵੇਂ ਵਾਪਰਿਆ। ਜਦੋਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਕਦੀ ਭਾਵੁਕ ਹੋ ਜਾਂਦੇ ਹਾਂ, ਪਰ ਲੇਕਿਨ ਇਸ ਦੇ ਨਾਲ ਸਾਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਕਿ ਇਹ ਜਦੋਂ ਇਸ ਚੀਜ਼ ਨੂੰ ਅਸੀਂ ਡੰਘਾਈ ਨਾਲ ਦੇਖਦੇ ਹਾਂ ਤਾਂ ਫਿਰ ਇਸ ਨੂੰ ਇੱਕ ਵਰਤਾਰੇ ਦੇ ਰੂਪ ਦੇ ਵਿੱਚ ਵੀ ਲੈ ਲੈਣਾ ਚਾਹੀਦਾ ਕਿ ਇਹ ਵਰਤਾਰਾ ਸੀ। ਜੇ ਇਹ ਵਾਪਰਿਆ ਤਾਂ ਸਿੱਖ ਕੌਮ ਨੇ 10 ਸਾਲ ਫਿਰ ਜਿਹੜੀ ਆ ਉਹ ਜੰਗ ਵੀ ਕੀਤੀ ਲਗਾਤਾਰ, ਹਥਿਆਰਬੰਦ ਲੜਾਈ ਵੀ ਲੜੀ, ਅਤੇ ਉਸ ਤੋਂ ਬਾਅਦ ਫਿਰ ਜਿਹੜੀ ਲੜਾਈ ਦਾ ਰੂਪ ਭਾਵੇਂ ਅੱਜ ਬਦਲਿਆ, ਅੱਜ ਡਿਜੀਟਲ ਜਿਹੜਾ ਯੁੱਗ ਆ। ਅਤੇ ਮੈਂ ਬੇਨਤੀ ਕਰਦਾ ਨੌਜਵਾਨਾਂ ਨੂੰ ਕਿ ਭਾਈ ਤੁਸੀਂ ਬਾਕੀ ਚੀਜ਼ਾਂ ਛੱਡ ਕੇ ਬਾਕੀ ਜਿੱਥੇ ਤੁਸੀਂ ਵੀਡੀਓ ਬਣਾਉਂਦੇ ਹੋ ਉੱਥੇ ਜੂਨ 84 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਕਮ ਸੇ ਕਮ ਇੱਕ ਹਫ਼ਤਾ ਹਰ ਰੋਜ਼ ਆਪਣੀਆਂ ਪੋਸਟਾਂ
ਜਿਹੜੀਆਂ ਨੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਜ਼ਰੂਰ ਜਿਹੜੀਆਂ ਉਹ ਪਾਓ। ਸੋ ਮੈਨੂੰ ਇਹ ਬੇਨਤੀ ਕਰਨ ਦੇ ਵਿੱਚ ਬਾਰ ਬਾਰ ਇਹ ਫਕਰ ਵੀ ਮਹਿਸੂਸ ਹੁੰਦਾ ਕਿ ਅਸੀਂ ਉਸ ਨੂੰ ਉਸ ਲੜਾਈ ਨੂੰ ਬਹੁਤ ਨੇੜਿਓਂ ਦੇਖਿਆ ਅਤੇ ਇਸ ਕਰਕੇ ਅਸੀਂ ਉਸ ਚੀਜ਼ ਨੂੰ ਮਹਿਸੂਸ ਕਰ ਸਕਦੇ ਹੈਗੇ ਹਾਂ। ਪ੍ਰੋਗਰਾਮ ਦਾ ਸਮਾਂ ਤਕਰੀਬਨ ਸਮਾਪਤ ਆ। ਕੱਲ੍ਹ ਆਪਾਂ ਦੁਬਾਰਾ ਨਵੇਂ ਟੌਪਿਕ ਦੇ ਨਾਲ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੀ ਕਚਹਿਰੀ 'ਚ ਹਾਜ਼ਰੀ ਲਵਾਵਾਂਗੇ। ਸੋ ਭੈ ਕਾਹੂ ਕੋ ਦੇਤ ਨਾ ਨਹਿ ਪੈ ਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।